ਅਸੀਂ ਹੁਣ ਅੱਜ ਸ਼ਾਮੀ ਆਏ ਹਾਂ 7 ਵਜੇ ਅਤੇ ਆਉਂਦਿਆਂ ਨੂੰ ਘਰ ਦੇ ਤਾਲੇ ਟੁੱਟੇ ਹੋਏ ਜੀ ਅਤੇ ਅੰਦਰ ਗਏ ਹਾਂ ਅਤੇ ਅੰਦਰ ਅਲਮਾਰੀਆਂ ਵੀ ਟੁੱਟੀਆਂ ਅਲਮਾਰੀਆਂ ਜੋ ਗੋਲਡ ਦੇ ਨਾਲ ਕੈਸ਼ ਗਿਆ ਲਾਈਟ ਲਗਾ ਕੇ ਹਾਂਜੀ ਕਿੰਨੇ ਦੀ ਤੁਹਾਨੂੰ ਲੱਗਦਾ ਹੈ ਸਮਾਨ ਤੁਹਾਡਾ ਘਰੋਂ ਲੈ ਕੇ ਫਰਾਰ ਹੋ ਗਿਆ ਦੇਖੋ ਜੀ ਹਲੇ ਤਾਂ ਪੂਰਾ ਲਾਇਆ ਵੈਸੇ ਅੰਦਾਜ਼ਾ ਜਿੰਨਾ ਦਾ ਅਸੀਂ ਆਪਣਾ ਛੱਡ ਕੇ ਗਏ ਸੀ 8 ਲੱਖ ਦੇ ਗਹਿਣੇ ਹੋਣੇ ਆ ਅਤੇ 2 ਲੱਖ ਕੈਸ਼ ਅਤੇ ਸੀ ਸੀ ਟੀ ਵੀ ਲੱਗਾ ਤੁਹਾਡੇ ਘਰ ਦੇ ਅੰਦਰ ਲੱਗਾ ਜੀ ਜੀ ਉਹ ਪਰਸੋਂ ਤਾਂ ਚੱਲਦਾ ਸੀ ਜਦੋਂ ਗਏ ਸੀ ਜੀ ਕੱਲ੍ਹ ਰਾਤੀ ਬੇਟੇ ਨੇ ਚੈੱਕ ਕਰਨ ਵਾਸਤੇ ਜਦੋਂ ਮੋਬਾਈਲ 'ਚ ਵੇਖਿਆ ਅਤੇ ਉਹਦੇ ਵਿੱਚ ਚੱਲਦਾ ਨਹੀਂ ਪਿਆ ਸੀ 11 ਵਜੇ ਕੱਲ੍ਹ ਰਾਤੀ ਕੋਈ ਆਪਣੇ ਲਾਗੇ ਛਾਗੇ ਕਿਸੇ ਨੂੰ ਪੁੱਛਿਆ ਹੋਵੇ ਫੋਨ ਕਰਕੇ ਕੋਈ ਗੱਲਬਾਤ ਨਹੀਂ ਜੀ ਕਿਸੇ ਨੂੰ ਪੁੱਛਿਆ ਨਹੀਂ ਹੈਗਾ ਅਸੀਂ ਸਾਨੂੰ ਇਹੀ ਵੀ ਜਾਂ ਤਾਂ ਨੈੱਟ ਖਰਾਬ ਹੋ ਗਿਆ ਜਿਹੜਾ ਸੀ ਸੀ ਟੀ ਵੀ ਨਹੀਂ ਚੱਲਣ ਡੇ ਪਰ ਅਸੀਂ ਆਏ ਹਾਂ ਅਤੇ ਬਾਹਰ ਗੇਟ 'ਤੇ ਲੌਕ ਲੱਗਾ ਸੀ ਅਤੇ ਜਦੋਂ ਅਸੀਂ ਗੇਟ ਦਾ ਲੌਕ ਖੋਲ੍ਹ ਕੇ ਅੰਦਰ ਗਏ ਅਤੇ ਅੰਦਰ ਦਰਵਾਜ਼ੇ ਲੱਕੜ ਅਤੇ ਆਂਢੀ ਗੁਆਂਢੀਆਂ ਨੂੰ ਪੁੱਛਿਆ ਉਹ ਕਹਿੰਦੇ ਅਸੀਂ ਵੇਖਦੇ ਰਹੇ ਪਰ ਬਾਹਰ ਲੋਕ ਤੁਹਾਡੇ ਲੱਗਾ ਸੀ ਅਤੇ ਅਸੀਂ ਤਦ ਕਰਕੇ ਕੋਈ ਧਿਆਨ ਨਹੀਂ ਕੋਈ ਤੁਹਾਨੂੰ ਲੱਗਦਾ ਕਿਸੇ ਦੇ ਸ਼ੱਕ ਹੋ ਗਏ ਸ਼ੱਕ ਜੀ ਹਲੇ ਤਾਂ ਕਿਸੇ ਦੇ ਨਹੀਂ ਗਾ ਬਾਕੀ ਹੋਏਗਾ ਤੁਹਾਨੂੰ ਅੰਮ੍ਰਿਤਸਰ ਦੇ ਅਟਾਰੀ ਬਾਗਾ ਸਰਹੱਦ ਰਾਹੀਂ ਅੱਜ ਵਿਸਾਖੀ ਦਾ ਸਿਰਜਣਾ ਦਿਵਸ ਮਨਾਉਣ ਜਾ ਰਿਹਾ ਵੱਖ ਵੱਖ ਸਿੱਖ ਜਥੇਬੰਦੀਆਂ ਨੇ ਅੰਮ੍ਰਿਤਸਰ ਦੇ ਅਟਾਰੀ ਬਾਗਾ ਸਰਹੱਦ ਰਾਹੀਂ ਅੱਜ ਵਿਸਾਖੀ ਸਿਰਜਣਾ ਦਿਵਸ ਮਨਾਉਣ ਜਾ ਰਹੇ ਵੱਖ ਵੱਖ ਸਿੱਖ ਜਥੇਬੰਦੀਆਂ ਨੇ ਜਿਵੇਂ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਲਸਾ ਮਿਸ਼ਨ ਭਾਈ ਕਨਈਆ ਜੀ ਯੂਨਾਈਟਡ ਅਕਾਲੀ ਦਲ ਹੋਰ ਸਿੱਖ ਜਥੇਬੰਦੀਆਂ 10 ਦਿਨ ਦੇ ਵਿਜੇ ਤੇ ਪਾਕਿਸਤਾਨ ਦੇ ਵੱਖ ਵੱਖ ਗੁਰਧਾਮਾਂ ਦੇ ਦਰਸ਼ਨ ਕਰਨੇ ਜਾ ਰਹੇ ਨੇ ਹੁਣ ਤੱਕ 750 ਦੇ ਕਰੀਬ ਸ਼ਰਧਾਲੂ ਵਾਘਾ ਸਰਹੱਦ ਦੇ ਰਾਹੀਂ ਪਾਕਿਸਤਾਨ ਗਏ ਹਨ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਸਿਹਤ ਵਿਭਾਗ ਦੀ ਟੀਮ ਇਹਨਾਂ ਦੇ ਕੋਰੋਨਾ ਟੈਸਟ ਤੇ ਮੈਡੀਕਲ ਟੈਸਟ ਕਰ ਰਹੀ ਹੈ ਜੇਕਰ ਸੂਤਰਾਂ ਦੀ ਗੱਲ ਕਰੀਏ ਤਾਂ 60 ਤੋਂ 70 ਸ਼ਰਧਾਲੂ ਕੋਰੋਨਾ ਪਾਜ਼ੇਟਿਵ ਆਏ ਨੇ ਜਿਨ੍ਹਾਂ ਨੂੰ ਵਾਪਸ ਉਹਨਾਂ ਦੇ ਘਰ ਭੇਜ ਦਿੱਤਾ ਗਿਆ ਮੇਰਾ ਨਾਮ ਏਸੀ ਅਰੁਣ ਮਾਲ ਹੈ ਜੀ ਮੈਂ ਐਜ਼ ਏ ਪ੍ਰੋਟੋਕੋਲ ਵਾਘਾ ਬਾਰਡਰ ਪੁੱਛਣਾ 12 ਤਰੀਕ ਤੋਂ ਲੈ ਕੇ 22 ਤਰੀਕ ਤੱਕ ਇੱਕ ਆਪਣੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਦੇ ਅਲੱਗ ਅਲੱਗ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਲਈ ਅੱਜ ਰਵਾਨਾ ਹੋਇਆ ਇਹਨਾਂ ਦਾ 10 ਦਿਨ ਦਾ ਵੀਜ਼ਾ ਵਾ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਇਸ ਤੋਂ ਇਲਾਵਾ ਖਾਲੜਾ ਮਿਸ਼ਨ ਯੂਨਾਈਟਿਡ ਅਕਾਲੀ ਦਲ ਤੋਂ ਇਲਾਵਾ ਹੋਰ ਜਥੇ ਭਾਈ ਕਨਈਆ ਜੀ ਨਾਲ ਇਹਨਾਂ ਤੋਂ ਇਲਾਵਾ ਹੋਰ ਵੀ ਕਾਫੀ ਜਥੇ ਆ ਜਿਹੜੇ ਕਿ ਅੱਜ ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਆ ਇਹ 10 ਦਿਨ ਦੇ ਵੀਜ਼ੇ ਦੇ ਦੌਰਾਨ ਇਹ ਨਨਕਾਣਾ ਸਾਹਿਬ ਗੁਰਦੁਆਰਾ ਨਨਕਾਣਾ ਸਾਹਿਬ ਸ਼ੇਖੂਪੁਰਾ ਹਸਨ ਅਬਦਾਲ ਡੇਰਾ ਸਾਹਿਬ ਲਾਹੌਰ
करतारपुर ते रूड़ी साहब के गुरुधामों के दर्शन करने तो ला बाद 22 तरीक वापस आऊंगे। डीसी साहब अमृतसर जी वालों इन्हां दे वास्ते करोना टैस्ट दा लई एक मैडिकल टीम अंदर मुहैया की गई है। इन्हां नूं मैडिकल करन तो ला बाद इन्हां दा कस्टम ते इमीग्रेशन होने तो बाद इन्हां नूं जीरो लाइन क्रॉस करा के पाकिस्तान भेजे जा रहे सी। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਟੀਕਾਕਰਨ ਦੇ ਦੂਜੇ ਪੜਾਅ ਦੇ ਦੌਰਾਨ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਵੀ ਲਗਾ ਲਈ ਹੈ। ਇਸ ਦੀ ਜਾਣਕਾਰੀ ਮੁੱਖ ਮੰਤਰੀ ਨੇ ਟਵਿੱਟਰ ਖਾਤੇ ਦੇ ਰਾਹੀਂ ਦਿੱਤੀ ਹੈ। ਇਸ ਟਵੀਟ ਵਿੱਚ ਇੱਕ ਤਸਵੀਰ ਵੀ ਸਾਂਝੀ ਕੀਤੀ ਗਈ ਹੈ। ਇਸ ਵਿੱਚ ਉਹਨਾਂ ਨੇ ਲਿਖਿਆ ਕਿ ਕੋਰੋਨਾ ਨੂੰ ਹਰਾਉਣ ਦੇ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੋ ਲੋਕ ਵੈਕਸੀਨ ਦੇ ਯੋਗ ਹਨ ਉਹ ਅੱਗੇ ਆਉਣ ਅਤੇ ਆਪਣੇ ਪਰਿਵਾਰ ਦੇ ਭਲੇ ਦੇ ਲਈ ਵੈਕਸੀਨ ਲਗਵਾਉਣ। ਕੋਰੋਨਾ ਨੂੰ ਹਰਾਉਣ ਦੇ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਤੇ ਮੈਨੂੰ ਯਕੀਨ ਹੈ ਕਿ ਅਸੀਂ ਅਜਿਹਾ ਜ਼ਰੂਰ ਕਰਾਂਗੇ। ਸ਼ਿਵਸੈਨਾ ਨੇਤਾ ਸੁਨੀਲ ਕੁਮਾਰ ਸੂਰੀ ਅਤੇ ਉਸਦੇ ਸਾਥੀ ਟਰੈਵਲ ਬੱਸ ਤੇ ਹਮਲਾ ਕਰਨ ਦਾ ਮਾਮਲਾ ਕਾਫੀ ਗੰਭੀਰ ਗਿਆ। ਭਾਵੇਂ ਇਸ ਸਬੰਧ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ, ਪਰ ਸੁਨੀਲ ਸੂਰੀ ਨੇ ਮੁਲਜ਼ਮਾਂ ਨੂੰ ਇੱਕ ਭਾਜਪਾ ਨੇਤਾ ਦੇ ਵੱਲੋਂ ਹਿਫਾਜ਼ਤ ਦੇਣ ਵਰਗੇ ਗੰਭੀਰ ਦੋਸ਼ ਲਗਾਏ ਨੇ। ਇਸ ਸਬੰਧ ਵਿੱਚ ਹਿੰਦੂ ਨੇਤਾ ਸੁਨੀਲ ਕੁਮਾਰ ਸੂਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸਾਰੇ ਮਾਮਲੇ ਦੀ ਨਿਰਪੱਖ ਤੌਰ ਤੇ ਗਹਿਰਾਈ ਦੇ ਨਾਲ ਜਾਂਚ ਕਰਵਾਉਣ ਦੀ ਮੰਗ ਕਰਵਾਉਣ ਨੂੰ ਲੈ ਕੇ ਇੱਕ ਪੱਤਰ ਲਿਖਿਆ ਹੈ। ਮੁੱਖ ਮੰਤਰੀ ਨੇ ਲਿਖੇ ਗਏ ਪੱਤਰ ਵਿੱਚ ਸੂਰੀ ਨੇ ਕਿਹਾ ਕਿ ਇਹ ਸਾਰਾ ਮਾਮਲਾ ਇੱਕ ਯੋਜਨਾਬੱਧ ਢੰਗ ਦੇ ਨਾਲ ਕੀਤਾ ਗਿਆ ਹੈ। ਇਸ ਮਾਮਲੇ ਦੇ ਚੱਲਦਿਆਂ ਉਹਨਾਂ ਨੇ ਪੁਲਿਸ ਨੂੰ ਨਾਲ ਕਰਨਵੀਰ ਲਵਤੇਜ ਅਤੇ ਵਿਨੇ ਕੋਚ ਫੜ ਕੇ ਸੌਂਪੇ। ਉਹਨਾਂ ਅੱਗੇ ਪੁਲਿਸ ਦੇ ਦੋਸ਼ ਲਾਉਂਦੇ ਹੋਏ ਕਿਹਾ ਕਿ ਮੁਲਜ਼ਮ ਵਿਨੇ ਕੋਚ ਇੱਕ ਯੋਜਨਾਬੱਧ ਤਰੀਕੇ ਦੇ ਤਹਿਤ ਪੁਲਿਸ ਦੀ ਕਸਟਡੀ ਵਿੱਚੋਂ ਭੱਜ ਗਿਆ ਅਤੇ ਉਹ ਅਜੇ ਵੀ ਖੁੱਲ੍ਹੇ ਆਮ ਘੁੰਮ ਰਿਹਾ ਹੈ। ਉਹਨਾਂ ਸਿੱਧੇ ਤੌਰ ਤੇ ਇੱਕ ਭਾਜਪਾ ਨੇਤਾ ਦੇ ਦੋਸ਼ ਲਾਇਆ ਹੈ ਕਿ ਉਹ ਨੇਤਾ ਮੁਲਜ਼ਮਾਂ ਨੂੰ ਬਚਾਉਣ ਵਿੱਚ ਲੱਗਿਆ ਹੋਇਆ ਹੈ ਅਤੇ ਮੁਲਜ਼ਮਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕਰ ਰਿਹਾ ਹੈ। ਪਾਕਿਸਤਾਨ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦਾ ਖਤਰਾ ਇੰਨਾ ਵੱਧ ਗਿਆ ਹੈ ਕਿ ਹੁਣ ਲੋਕਾਂ ਨੇ ਦੇਸ਼ ਛੱਡਣਾ ਸ਼ੁਰੂ ਕਰ ਦਿੱਤਾ ਹੈ। ਇੱਥੇ ਇਸਲਾਮਾਬਾਦ ਏਅਰਪੋਰਟ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੀ ਭੀੜ ਦੇਖੀ ਗਈ। ਇਹ ਲੋਕ ਬ੍ਰਿਟੇਨ ਦੀ ਫਲਾਈਟ ਲੈਣ ਲਈ ਇੱਥੇ ਪਹੁੰਚੇ ਸਨ। ਦਰਅਸਲ ਬ੍ਰਿਟੇਨ ਦੇ ਇਨਫੈਕਸ਼ਨ ਤੇ ਕੰਟਰੋਲ ਦੇ ਲਈ ਕੁਝ ਦੇਸ਼ਾਂ ਦੇ ਐਂਟਰੀ ਬੈਨ ਲਾਈ, ਜਿਸ ਵਿੱਚ ਪਾਕਿਸਤਾਨੀ ਵੀ ਸ਼ਾਮਲ ਹੈ। ਇਸ ਦੀ ਡੈਡਲਾਈਨ 9 ਅਪ੍ਰੈਲ ਨੂੰ ਰੱਖੀ ਸੀ। ਬ੍ਰਿਟਿਸ਼ ਪਾਕਿਸਤਾਨੀ ਸੰਸਦ ਮੈਂਬਰ ਨੇ ਤਾਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਚਾਰਟਰ ਫਲਾਈਟ ਦੀ ਬੇਨਤੀ ਕੀਤੀ ਹੈ ਤਾਂ ਕਿ ਫਸੇ ਹੋਏ ਲੋਕਾਂ ਦੀ ਐਮਰਜੈਂਸੀ ਫਲਾਈਟ ਦਾ ਸੰਚਾਲਨ ਕੀਤਾ ਜਾ ਸਕੇ। ਸੁਪਰੀਮ ਕੋਰਟ ਦੇ ਕਈ ਕਰਮੀਆਂ ਦੇ ਕੋਰੋਨਾ ਵਾਇਰਸ ਦੇ ਨਾਲ ਪੀੜਿਤ ਹੋਣ ਦੇ ਕਾਰਨ ਸੁਪਰੀਮ ਕੋਰਟ ਦੀਆਂ ਬੈਂਚਾਂ ਸਵੇਰੇ ਆਪਣੇ ਤੈਅ ਸਮੇਂ ਤੋਂ 1 ਘੰਟੇ ਦੇ ਦੇਰੀ ਦੇ ਨਾਲ ਸੁਣਵਾਈ ਲਈ ਬੈਠੀਆਂ। ਸੂਤਰਾਂ ਨੇ ਸੁਪਰੀਮ ਕੋਰਟ ਦੇ 50% ਤੋਂ ਵੱਧ ਕਰਮੀ ਕੋਰੋਨਾ ਦੇ ਨਾਲ ਪੀੜਿਤ ਹਨ। ਇਸ ਕਾਰਨ ਸੁਪਰੀਮ ਕੋਰਟ ਦੇ ਜੱਜਾਂ ਨੇ ਆਪਣੇ ਘਰਾਂ ਤੋਂ ਮਾਮਲੇ ਦੀ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ। ਉੱਤਰਾਖੰਡ ਦੀ ਤੀਰਥ ਨਗਰੀ ਹਰਿਦੁਆਰ ਵਿੱਚ ਕਰੀਬ 20 ਲੱਖ ਸ਼ਰਧਾਲੂਆਂ ਨੇ ਹਲਕੀ ਪੌੜੀ ਸਮੇਤ ਵੱਖ ਵੱਖ ਘਾਟਾਂ ਤੇ ਇਸ਼ਨਾਨ ਕੀਤਾ। ਅੱਜ ਯਾਨੀ ਸੋਮਵਾਰ ਨੂੰ ਮੱਸਿਆ ਦਾ ਇਸ਼ਨਾਨ ਹੋਣ ਦੇ ਕਾਰਨ ਭਾਰੀ ਗਿਣਤੀ ਵਿੱਚ ਸ਼ਰਧਾਲੂ 1 ਦਿਨ ਪਹਿਲਾਂ ਹੀ ਹਰਿਦੁਆਰ ਪਹੁੰਚ ਗਏ ਸਨ। ਕੋਰੋਨਾ ਲਾਗ ਕਾਰਨ ਹਰਿਦੁਆਰ ਵਿੱਚ ਸਾਰੇ ਸ਼ਰਧਾਲੂਆਂ ਦੇ ਜਾਂਚ ਮੁਹਿੰਮ ਚਲਾਈ ਗਈ। ਜਿਨ੍ਹਾਂ ਯਾਤਰੀਆਂ ਦੇ ਕੋਲ RT-PCR ਨੈਗੇਟਿਵ ਰਿਪੋਰਟ ਨਹੀਂ ਸੀ ਅਤੇ ਜਿਨ੍ਹਾਂ ਲੋਕਾਂ ਨੇ ਪੈਟਰੋਲ ਉੱਤੇ ਰਜਿਸਟ੍ਰੇਸ਼ਨ ਨਹੀਂ ਕਰਵਾਇਆ ਸੀ ਉਸ ਨੂੰ ਸਰਹੱਦ ਤੋਂ ਵਾਪਸ ਭੇਜ ਦਿੱਤਾ ਗਿਆ। ਇਸ ਵਿੱਚ ਅਖਾੜਾ ਦੇ ਕਈ ਮੁੱਖ ਸੰਤ ਕੋਰੋਨਾ ਪਾਜ਼ੀਟਿਵ ਹੋਣ ਦੇ ਕਾਰਨ ਅੱਜ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਨਹੀਂ ਲੈ ਸਕਣਗੇ। ਅਖਾੜਾ ਪ੍ਰਿਸ਼ਦ ਦੇ ਪ੍ਰਧਾਨ ਮਹਿੰਦਰ ਨਰਿੰਦਰ ਗਿਰੀ ਸਮੇਤ ਨਿਰਣੇ ਅਖਾੜਾ ਦੇ ਕਈ ਸੰਤ ਕੋਰੋਨਾ ਪਾਜ਼ੀਟਿਵ ਪਾਏ ਗਏ ਨੇ। ਪੁਲਿਸ ਡਾਇਰੈਕਟਰ ਜਨਰਲ ਸੰਜੇ ਗੁੰਜਿਆਲ ਨੇ ਦੱਸਿਆ ਕਿ ਪੂਰੇ ਮੇਲੇ ਵਿੱਚ ਖੇਤਰ ਵਿੱਚ ਭਾਰੀ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਸੋ ਹੁਣ ਅੱਜ ਦੀਆਂ ਖ਼ਬਰਾਂ ਸਮਾਪਤ ਕਰਦੇ ਹਾਂ। ਧੰਨਵਾਦ।